ਸਾਰਿਆਂ ਨੂੰ ਸਤਿ ਸ਼੍ਰੀ ਅਕਾਲ। ਐਕਚੁਲੀ ਅੱਜ ਅਸੀਂ ਤੁਹਾਨੂੰ ਇੱਕ ਬਹੁਤ ਹੀ ਅਹਿਮ ਇੱਕ ਇਨੀਸ਼ੀਏਟਿਵ ਹੈ ਜਿਹੜਾ ਅਸੀਂ ਮਾਨਯੋਗ ਮੁੱਖ ਮੰਤਰੀ ਸਾਹਿਬ ਜੀ ਦੀ ਅਗਵਾਈ ਹੇਠਾਂ ਕਰ ਰਹੀ ਹੈਗੀ ਹੈ। ਇਹਦੀ ਸ਼ੁਰੂਆਤ ਜਿਹੜੀ ਹੈ ਫਿਊਚਰ ਟਾਈਕੂਨਸ ਦੀ ਅਸੀਂ ਪਹਿਲਾਂ ਪਟਿਆਲਾ ਦੇ ਵਿੱਚ ਕੀਤੀ ਸੀਗੀ ਤੇ ਉਹਦੇ ਵਿੱਚ ਬਹੁਤ ਵਧੀਆ ਰਿਸਪੌਂਸ ਰਿਹਾ ਸੀਗਾ ਤੇ ਜਿਹੜੇ ਲੋਕਾਂ ਨੇ ਇਸ ਕੰਪੀਟੀਸ਼ਨ ਦੇ ਵਿੱਚ ਪਾਰਟਿਸਿਪੇਟ ਕੀਤਾ ਸੀਗਾ ਉਹਨਾਂ ਦੀ ਲਾਈਫ ਦੇ ਵਿੱਚ ਬਹੁਤ ਹੀ ਮੀਨਿੰਗਫੁਲ ਚੇਂਜ ਆਇਆ ਸੀਗਾ। ਫਿਊਚਰ ਟਾਈਕੂਨਸ ਦਾ ਤੁਸੀਂ ਇਸ ਤੋਂ ਜਿਹੜਾ ਵਰਡ ਹੈ ਫਿਊਚਰ ਟਾਈਕੂਨਸ ਇਹਦਾ ਮਤਲਬ ਹੀ ਇਹੀ ਹੈ ਕਿ ਕੱਲ੍ਹ ਦੇ ਜਿਹੜੇ ਬਿਜ਼ਨਸ ਪਰਸਨਸ ਵਿਮੈਨ ਜਾਂ ਮੇਲਸ ਜਿਹੜੇ ਕਿ ਬਹੁਤ ਵਧੀਆ ਆਪਣਾ ਕਮਾਈ ਕਰ ਸਕਦੇ ਆਪਣੇ ਵਧੀਆ ਆਈਡੀਆ ਦੇ ਨਾਲ। ਸੋ ਲੁਧਿਆਣਾ ਆਪਾਂ ਕਹਿੰਦੇ ਕਮਰਸ਼ੀਅਲ ਕੈਪੀਟਲ ਹੈ ਆਪਣਾ ਪੰਜਾਬ ਦਾ, ਮੈਨਚੈਸਟਰ ਆਫ ਇੰਡੀਆ ਆਪਾਂ ਕਹਿੰਦੇ ਹਾਂ। ਤਾਂ ਜਿਹੜਾ ਉਦਯੋਗ ਹੈ ਤੇ ਜਿਹੜਾ ਬਿਜ਼ਨਸ ਹੈ ਉਹ ਲੁਧਿਆਣਾ ਦੇ ਲੋਅ ਦੇ ਵਿੱਚ ਹੀ ਹੈਗਾ ਹੈ। ਸੋ ਕਿਉਂ ਨਾ ਅਸੀਂ ਇਸ ਚੀਜ਼ ਨੂੰ ਲੱਭਣ ਲਈ, ਜਿਹੜਾ ਟੈਲੈਂਟ ਹੈਗਾ ਹੈ ਉਹਨੂੰ ਲੱਭਣ ਲਈ ਅਸੀਂ ਕਿਉਂ ਨਾ ਉਹਨਾਂ ਨੂੰ ਅੱਗੇ ਕਰੀਏ ਜਿਹਨਾਂ ਕੋਲ ਉਹ ਨੈਟਵਰਕਿੰਗ ਦੀ ਓਪਰਚੁਨਿਟੀ ਨਹੀਂ ਹੁੰਦੀ। ਜਾਂ ਹੋ ਸਕਦਾ ਹੈ ਜਿੱਦਾਂ ਅੱਜ ਕੱਲ੍ਹ ਇਨਕਿਊਬੇਸ਼ਨ ਹੱਬ ਸ਼ੁਰੂ ਹੋ ਚੁੱਕੇ ਹੈ, ਇਹ ਉਹ ਵਰਗ ਹੈ ਜਿਹਦੇ ਕੋਲ ਸ਼ਾਇਦ ਇਹ ਪੈਸੇ ਨਹੀਂ ਹੋਣਗੇ ਕਿ ਉਹ ਇੱਦਾਂ ਦੇ ਇਨਕਿਊਬੇਸ਼ਨ ਸੈਂਟਰਸ ਦੇ ਵਿੱਚ ਆਪਣਾ ਆਈਡੀਆ ਰੱਖ ਸਕਣ ਜਾਂ ਚਲਾ ਸਕਣ। ਲੇਕਿਨ ਉਹਨਾਂ ਦੇ ਕੋਲ ਆਪਣੇ ਮੈਰਿਟ ਤੇ ਆਪਣਾ ਟੈਲੈਂਟ ਜ਼ਰੂਰ ਹੈ ਤੇ ਉਹ ਅੱਗੇ ਲੈ ਕੇ ਆਉਣਾ ਚਾਹੁੰਦੇ ਹੈ। ਉਹਨਾਂ ਲਈ ਇਹ ਕੰਪੀਟੀਸ਼ਨ ਅਸੀਂ ਕਰਾ ਰਹੇ ਹੈਗੇ ਹੈ ਤੇ ਬਹੁਤ ਹੀ ਸਾਡੀ ਗਰਵ ਦੀ ਇਹ ਗੱਲ ਹੈਗੀ ਹੈ ਕਿ ਇੰਡਸਟਰੀ ਪਾਰਟਨਰਸ ਵੱਲੋਂ ਸਾਨੂੰ ਬਹੁਤ ਸਪੋਰਟ ਮਿਲਿਆ ਹੈ ਤੇ ਇਸ ਵਾਰੀ ਜੋ ਆਪਣਾ ਕੰਪੀਟੀਸ਼ਨ ਹੋਏਗਾ ਉਹਦੇ ਵਿੱਚ ਜਿੰਨੇ ਵੀ ਲੋਕ ਪਾਰਟਿਸਿਪੇਟ ਕਰਨਗੇ ਉਹਨਾਂ ਸਾਰਿਆਂ ਦੀ ਅਸੀਂ ਮੈਂਟਰਸ਼ਿਪ ਕਰਾਵਾਂਗੇ। ਜੋ ਵੀ ਸਾਡੇ ਇੰਡਸਟਰੀ ਪਾਰਟਨਰਸ ਹੈ ਉਹਨਾਂ ਨਾਲ ਅਸੀਂ ਉਹਨਾਂ ਦੀ ਮੈਂਟਰਸ਼ਿਪ ਕਰਾਵਾਂਗੇ। ਜਿਹੜੇ ਅਸੀਂ ਕੈਟੇਗਰੀਜ਼ ਇਸ ਵਾਰੀ ਰੱਖੀਆਂ ਹੈਗੀਆਂ ਫਿਊਚਰ ਟਾਈਕੂਨ ਚੈਲੇਂਜ ਦੇ ਵਿੱਚ, ਬਹੁਤ ਜ਼ਰੂਰੀ ਮੈਂ ਇੱਕ ਅਹਿਮ ਗੱਲ ਕਰ ਰਹੀ ਹਾਂ। ਅਸੀਂ ਇਹ ਦੇਖਿਆ ਹੈਗਾ ਕਿ ਯੂਜਲੀ ਕੀ ਹੁੰਦਾ ਆਪਾਂ ਕੋਈ ਸਟਾਰਟਅਪ ਚੈਲੇਂਜ ਰੱਖਦੇ ਹਾਂ ਤਾਂ ਜਿਹੜੇ ਬੱਚੇ ਕਾਲਜਿਸ ਦੇ ਵਿੱਚ ਹੁੰਦੇ ਹੈ ਉਹ ਜ਼ਿਆਦਾਤਰ ਪਾਰਟੀਸਿਪੇਟ ਕਰਦੇ ਹੁੰਦੇ ਹੈ। ਬਟ ਅਸੀਂ ਸਪੈਸੀਫਿਕਲੀ ਕਿਉਂਕਿ ਸਰਕਾਰ ਇਹ ਚੈਲੇਂਜ ਕਰਾ ਰਹੀ ਹੈਗੀ ਹੈ, ਅਸੀਂ ਸਪੈਸ਼ਲੀ ਜਿਹੜੀ ਸਾਡੀ ਫੋਰ ਐਗਜ਼ਾਮਪਲ ਔਰਤਾਂ ਹੈਗੀਆਂ ਪਿੰਡ ਦੇ ਵਿੱਚ ਆਪਣਾ ਕੰਮ ਕਰਦੀਆਂ ਨੇ ਉਹਨਾਂ ਨੂੰ ਅੱਗੇ ਲਿਆਉਣ ਲਈ ਸਾਡੀ ਸੈਲਫ ਹੈਲਪ ਗਰੁੱਪਸ ਹੈਗੀਆਂ, ਸਾਡੇ ਪਰਸਨਸ ਵਿਦ ਡਿਸੇਬਿਲਿਟੀ ਹੈਗੇ ਹੈ ਉਹਨਾਂ ਦੇ ਬਹੁਤ ਵਧੀਆ ਆਈਡੀਆਜ਼ ਹੁੰਦੇ ਆ, ਉਹਨਾਂ ਕੋਲ ਸ਼ਾਇਦ ਇਹ ਨੈਟਵਰਕਿੰਗ ਦੀ ਓਪਰਚੁਨਿਟੀ ਨਹੀਂ ਮਿਲਦੀ ਕਿ ਆਪਣਾ ਉਹ ਬਿਜ਼ਨਸ ਆਈਡੀਆ ਅੱਗੇ ਰੱਖ ਸਕਣ। ਸੋ ਇੱਕ ਸਾਡੀ ਕੈਟੇਗਰੀ ਹੋਏਗੀ ਵਿਮੈਨ, ਇੱਕ ਸਾਡੀ ਕੈਟੇਗਰੀ ਹੋਏਗੀ ਪਰਸਨਸ ਵਿਦ ਡਿਸੇਬਿਲਿਟੀਜ਼ ਦੀ ਸਪੈਸ਼ਲ ਕੈਟੇਗਰੀ ਹੋਏਗੀ, ਇੱਕ ਥਰਡ ਕੈਟੇਗਰੀ ਹੋਏਗੀ ਸਾਡੇ ਜਿਹੜੇ ਸਟੂਡੈਂਟਸ ਹੈਗੇ ਹੈ ਜਿਹੜੇ ਬੱਚੇ ਹੈਗੇ ਹੈ ਉਹਨਾਂ ਦੇ ਬਹੁਤ ਵਧੀਆ ਆਈਡੀਆਜ਼ ਹੁੰਦੇ। ਅੱਜ ਕੱਲ੍ਹ ਮੈਂ ਦੇਖਿਆ ਹੈ ਕਿ ਬਹੁਤ ਹੀ ਬ੍ਰਿਲੀਅੰਟ ਆਈਡੀਆਜ਼ ਉਹ ਲੈ ਕੇ ਆਉਂਦੇ ਆ ਆਪਣੀ ਇਨੋਵੇਸ਼ਨਸ ਕਰਦੇ ਹੈ ਉਹਨਾਂ ਨੂੰ ਅੱਗੇ ਲਿਆਉਣ ਲਈ ਤੇ ਸਪੈਸ਼ਲੀ ਇਹ ਜਿਹੜੀ ਤੁਹਾਨੂੰ ਪਤਾ ਹੀ ਹੈ ਸਾਰਿਆਂ ਨੂੰ ਪੰਜਾਬ ਸਰਕਾਰ ਵੱਲੋਂ ਮਾਸਟਰ ਬਲਾਸਟਰ ਜਿਹੜੀ ਇੱਕ ਮੁਹਿੰਮ ਚਲਾਈ ਗਈ ਸੀ ਸਰਕਾਰੀ ਸਕੂਲਾਂ ਦੇ ਵਿੱਚ, ਉਸੇ ਦੇ ਤਵੱਜੋ ਅਸੀਂ ਇਸੇ ਚੀਜ਼ ਨੂੰ ਅੱਗੇ ਲੈ ਕੇ ਜਾ ਰਹੇ ਤੇ ਜੇ ਬੱਚਿਆਂ ਦੇ ਕੋਈ ਵਧੀਆ ਆਈਡੀਆਜ਼ ਹੈਗੇ ਆ ਬਿਜ਼ਨਸ ਆਈਡੀਆਜ਼ ਉਹ ਵੀ ਇਹਦੇ ਵਿੱਚ ਪਾਰਟੀਸਿਪੇਟ ਕਰ ਸਕਦੇ ਹੈਗੇ। ਆਰ ਫੋਰਥ ਕੈਟੇਗਰੀ ਇਜ਼ ਓਪਨ ਕੈਟੇਗਰੀ ਜਿਹਦੇ ਵਿੱਚ ਕੋਈ ਵੀ ਪਾਰਟੀਸਿਪੇਟ ਕਰ ਸਕਦਾ ਹੈ, ਉਹ ਇੱਕ ਓਪਨ ਕੈਟੇਗਰੀ ਹੈਗੀ ਹੈ। ਤੇ ਸਾਡੀ ਇਸ ਵਾਰੀ ਇੱਕ ਫਿਫਥ ਕੈਟੇਗਰੀ ਵੀ ਹੈਗੀ ਹੈ। ਤੁਹਾਨੂੰ ਸਾਰਿਆਂ ਨੂੰ ਪਤਾ ਹੀ ਹੈ ਕਿ ਅੱਜ ਅਸੀਂ ਜਿਹੜੇ ਦੌਰ ਨੂੰ ਦੇਖ ਰਹੇ ਹੈਗੇ ਕਲਾਈਮੇਟ ਚੇਂਜ ਇੱਕ ਬਹੁਤ ਵੱਡੀ ਗੱਲ ਹੋ ਚੁੱਕੀ ਹੈ। ਸੋ ਸਸਟੇਨੇਬਲ ਟੈਕਨੋਲੋਜੀ, ਸਸਟੇਨੇਬਲ ਐਗਰੀਕਲਚਰ, ਫੂਡ ਪ੍ਰੋਸੈਸਿੰਗ ਇਹ ਸਾਡੀ ਇੱਕ ਨਵੀਂ ਅਸੀਂ ਇੱਕ ਕੈਟੇਗਰੀ ਲੈ ਕੇ ਆਏ ਹੈਗੇ ਹੈ ਸੋ ਦੈਟ ਅਸੀਂ ਸਸਟੇਨੇਬਲ ਆਈਡੀਆਜ਼ ਨੂੰ ਵੀ ਇਹਦੇ ਵਿੱਚ, ਤੁਹਾਨੂੰ ਪਤਾ ਹੀ ਅਸੀਂ ਸਾਰਿਆਂ ਨੇ ਵੇਕਅਪ ਲੁਧਿਆਣਾ ਦੇ ਵਿੱਚ ਤੁਸੀਂ ਸਾਰਿਆਂ ਨੇ ਬਹੁਤ ਸਾਡੀ ਸਪੋਰਟ ਕੀਤੀ ਹੈ, ਉਹਦੇ ਤਹਿਤ ਕੋਈ ਵੀ ਸਸਟੇਨੇਬਿਲਿਟੀ ਵਾਲਾ ਆਈਡੀਆ ਜਿਹੜਾ ਹੈਗਾ ਹੈ ਜੋ ਕਿ ਤੁਹਾਡੀ ਤੁਹਾਡੀ ਜ਼ਿੰਦਗੀ ਨੂੰ ਸੁਧਾਰ ਸਕਦਾ ਹੈ, ਤੁਹਾਡੀ ਆਉਣ ਵਾਲੀ ਪੀੜ੍ਹੀਆਂ ਨੂੰ
ਸੁਧਾਰ ਸਕਦਾ ਹੈਗਾ ਹੈ, ਉਹਨਾਂ ਦੀ ਕੰਫਰਟ ਨੂੰ ਦੇਖਦੇ ਹੋਏ, ਉਹਨਾਂ ਦੀ ਰਿਸੋਰਸਿਸ ਨੂੰ ਦੇਖਦੇ ਹੋਏ, ਉਹ ਇੱਦਾਂ ਦੇ ਕੋਈ ਆਈਡੀਆਜ਼ ਹੋਣਗੇ, ਉਹਨਾਂ ਨੂੰ ਵੀ ਅਸੀਂ ਇਸ ਵਾਰੀ ਫਿਫਥ ਕੈਟੇਗਰੀ ਬਣਾਇਆ ਹੈਗਾ। ਇਹਦੇ ਵਿੱਚ ਪ੍ਰਾਈਜ਼ ਮਨੀ ਤਾਂ ਹੈਗੀ ਹੈ, ਜਿਹੜੇ ਹਰ ਇੱਕ ਕੈਟੇਗਰੀ ਦੇ ਵਿੱਚ 3 ਪ੍ਰਾਈਜ਼ ਦਿੱਤੇ ਜਾਣਗੇ, ਸੋ ਪ੍ਰਾਈਜ਼ ਮਨੀ ਤਾਂ ਹੈਗੀ ਹੈ। ਬਟ ਅਲੋਂਗ ਵਿਦ ਦੈਟ ਜਿਹੜੀ ਗੱਲ ਮੈਂ ਕਹਿਣਾ ਚਾਹੁੰਦੀ ਹਾਂ, ਦਿਸ ਇਜ਼ ਨੋਟ ਅਬਾਊਟ ਪ੍ਰਾਈਜ਼ ਮਨੀ, ਐਕਚੁਅਲੀ ਇਟ ਇਜ਼ ਅਬਾਊਟ ਐਕਸਪੋਜ਼ਰ। ਸੋ ਅਸੀਂ ਸਾਰਿਆਂ ਨੂੰ ਟ੍ਰੇਨਿੰਗ ਦੇਵਾਂਗੇ, ਤੁਸੀਂ ਸਾਰਿਆਂ ਨੇ ਸ਼ਾਰਕ ਟੈਂਕ ਦੇਖਿਆ ਹੋਣਾ ਸ਼ਾਇਦ, ਸ਼ਾਰਕ ਟੈਂਕ ਵਰਗਾ ਹੀ ਇਹ ਕੰਪੀਟੀਸ਼ਨ ਹੈਗਾ। ਸਾਰਿਆਂ ਨੂੰ ਮੌਕਾ ਮਿਲੇਗਾ ਕਿ ਉਹ ਆ ਕੇ ਆਪਣੀ ਪ੍ਰੈਜੈਂਟੇਸ਼ਨ ਜਾਂ ਪਿਚ ਰੱਖਣਗੇ ਕਿ ਉਹਨਾਂ ਦਾ ਆਈਡੀਆ ਕੀ ਹੈ, ਉਹ ਆਈਡੀਆ ਰੈਪਲੀਕੇਬਲ ਜਾਂ ਉਸ ਆਈਡੀਆ ਨੂੰ ਅਸੀਂ ਕਿਸ ਤਰੀਕੇ ਨਾਲ ਐਕਚੁਅਲੀ ਕਰ ਸਕਦੇ ਹੈਗੇ ਹਾਂ, ਐਕਚੁਅਲੀ ਉਹ ਪ੍ਰੈਕਟੀਕਲ ਵੀ ਹੋਵੇ, ਉਹ ਚੀਜ਼ ਅਸੀਂ ਰਿਐਲਿਟੀ ਦੇ ਵਿੱਚ ਕਰ ਸਕੀਏ, ਇਹ ਚੀਜ਼ ਜੱਜ ਕੀਤੀ ਜਾਵੇਗੀ। ਸਾਡੀ ਜਿਹੜੀ ਜੂਰੀ ਹੈ ਉਹ ਇਨਵੈਸਟ ਪੰਜਾਬ ਤੋਂ, ਇੰਡਸਟਰੀ ਐਕਸਪਰਟਸ ਤੋਂ ਅਸੀਂ ਤਿਆਰ ਕੀਤੀ ਹੈਗੀ ਹੈ, ਪੰਜਾਬ ਸਰਕਾਰ ਦੇ ਜਿਹੜੇ ਮਾਹਿਰ ਇਨੋਵੇਸ਼ਨ ਮਿਸ਼ਨ ਪੰਜਾਬ ਹੈਗੀ ਹੈ ਉਹਦੇ ਨਾਲ ਅਸੀਂ ਕੀਤੀ ਹੈਗੀ ਹੈ। ਸੋ ਇਹ ਜੂਰੀ ਹੋਵੇਗੀ, ਬਟ ਕਾਫੀ ਲੋਕ ਇਹ ਸੋਚਣਗੇ ਕਿ ਇਹ ਚੀਜ਼ਾਂ ਤਾਂ ਅਸੀਂ ਕਰ ਹੀ ਨਹੀਂ ਸਕਦੇ, ਸਾਨੂੰ ਤਾਂ ਕੋਈ ਫਾਰਮਲ ਟ੍ਰੇਨਿੰਗ ਹੀ ਨਹੀਂ ਹੈਗੀ। ਇਸ ਲਈ ਅਸੀਂ ਐਕਚੁਅਲੀ ਉਹਨਾਂ ਸਾਰੇ ਪਾਰਟਿਸਿਪੈਂਟਸ ਦੀ ਟ੍ਰੇਨਿੰਗ ਕਰਾਵਾਂਗੇ, ਸਾਰਿਆਂ ਨੂੰ ਅਸੀਂ ਦੱਸਾਂਗੇ ਕਿ ਤੁਸੀਂ ਆਪਣੀ ਜਿਹੜੀ ਪ੍ਰਪੋਜ਼ਲਸ ਹੈ ਜਾਂ ਕੋਈ ਬਿਜ਼ਨਸ ਆਈਡੀਆ ਪਿਚ ਕਰਨਾ ਉਹ ਕਿਸ ਤਰੀਕੇ ਨਾਲ ਕੀਤਾ ਜਾਂਦਾ ਹੈ, ਉਹਨਾਂ ਨੂੰ ਜਿਹੜੀ ਮੈਂਟਰਸ਼ਿਪ ਤੇ ਕਾਉਂਸਲਿੰਗ ਦੀ ਲੋੜ ਹੈ ਉਹਨਾਂ ਸਾਰਿਆਂ ਨੂੰ ਮਿਲੇਗੀ। ਸੋ ਇਹ ਬਹੁਤ ਵੱਡੀ ਗੱਲ ਹੈ, ਇਹ ਉਹਨਾਂ ਦੀ ਲਾਈਫ ਦੇ ਵਿੱਚ ਉਹਨਾਂ ਨੂੰ ਇੱਕ ਹੈਲਪ ਕਰੇਗੀ। ਤੇ ਜਿਹੜੇ ਲੋਕ ਜੇਤੂ ਹੈ, ਵਿਜੇਤਾ ਹੈਗੇ ਹੈ, ਉਹ ਤਾਂ ਹੈਗੇ ਹੀ ਨੇ, ਬਟ ਇਸ ਤੋਂ ਇਲਾਵਾ ਅੱਜ ਸਾਡੇ ਲਈ ਬਹੁਤ ਹੀ ਗਰਵ ਦੀ ਇਹ ਗੱਲ ਹੈ ਕਿ ਇੰਡਸਟਰੀ ਦੀ ਸਪੋਰਟ ਨਾਲ ਤੇ ਪੰਜਾਬ ਸਰਕਾਰ ਦੀ ਸਪੋਰਟ ਨਾਲ ਅਸੀਂ 13 ਕਰੋੜ ਤੋਂ ਵੱਧ ਦੀ ਸੀਡ ਫੰਡਿੰਗ ਦਾ ਫੰਡ ਅੱਜ ਅਸੀਂ MOU ਸਾਈਨ ਕਰਨ ਜਾ ਰਹੇ ਹਾਂ ਜ਼ਿਲ੍ਹਾ ਪ੍ਰਸ਼ਾਸਨ ਤੇ ਇੰਡਸਟਰੀ ਪਾਰਟਨਰਸ। 13 ਕਰੋੜ ਬਹੁਤ ਵੱਡੀ ਰਕਮ ਹੁੰਦੀ ਹੈ, ਇਹ ਜ਼ਰੂਰੀ ਨਹੀਂ ਹੈ ਕਿ ਉਹ ਪਰਸਨ ਵਿਜੇਤਾ ਇਸ ਕੰਪੀਟੀਸ਼ਨ ਦੇ ਦਾ ਹੋਵੇ। ਜੇ ਕਿਸੇ ਵੀ ਇੰਡਸਟਰੀ ਨੂੰ ਲੱਗਿਆ ਕਿ ਇਹ ਆਈਡੀਆ ਬਹੁਤ ਵਧੀਆ ਹੈ, ਉਹਦੀ ਸੀਡ ਫੰਡਿੰਗ ਉਹ ਕਰਨ ਨੂੰ ਤਿਆਰ ਹੈ, ਉਸ 13 ਕਰੋੜ ਨੂੰ ਅਸੀਂ ਸੈਟਿਸਫਾਈਡ ਕੀਤਾ ਕਿ ਉਹ 13 ਕਰੋੜ ਲੁਧਿਆਣਾ ਜ਼ਿਲ੍ਹੇ ਦੇ ਵਿੱਚ ਲੱਗ ਸਕੇ, ਕਿਸੇ ਦੀ ਆਈਡੀਆ ਜਿਹੜਾ ਬਹੁਤ ਵਧੀਆ ਆਈਡੀਆ, ਰੈਪਲੀਕੇਬਲ ਆਈਡੀਆ, ਪ੍ਰੈਕਟੀਕਲ ਹੈ, ਉਹ ਪਰਸਨ ਦੇ ਕੋਲ ਪੈਸੇ ਨਹੀਂ ਹੈਗੇ, ਉਹ ਇਸ ਫੰਡ ਦੇ ਵਿੱਚ ਆਪਣਾ ਹਿੱਸਾ ਜੋ ਹੈ ਮੰਗ ਸਕਦਾ ਹੈਗਾ ਹੈ ਆਪਣੇ ਆਈਡੀਆ ਦੇ ਬੇਸਿਸ ਤੇ। ਸੋ ਇਹ ਬਹੁਤ ਵੱਡੀ ਗੱਲ ਹੈ, ਇਹ ਪਹਿਲੀ ਵਾਰੀ ਹੋ ਰਿਹਾ ਹੈ ਆਪਣੀ ਸਟੇਟ ਦੇ ਵਿੱਚ, ਆਈ ਥਿੰਕ ਆਪਣੀ ਕੰਟਰੀ ਦੇ ਵਿੱਚ ਇਹ ਪਹਿਲੀ ਵਾਰੀ ਹੋਣ ਜਾ ਰਿਹਾ। ਇਹਦੇ ਲਈ ਮੈਂ ਸਪੈਸ਼ਲੀ ਇੰਡਸਟਰੀ ਪਾਰਟਨਰਸ ਨੂੰ ਥੈਂਕ ਯੂ ਕਹਿਣਾ ਚਾਹੁੰਦੀ ਹਾਂ। 10 ਕਰੋੜ ਜਿਹੜਾ ਸੀਸੂ ਵੱਲੋਂ ਪਲੈਜ ਕੀਤਾ ਗਿਆ ਹੈ, 3 ਕਰੋੜ ਲੁਧਿਆਣਾ ਇੰਜਨ ਨੈਟਵਰਕ ਵੱਲੋਂ ਪਲੈਜ ਕੀਤਾ ਗਿਆ ਹੈ, ਤੇ 10 ਲੱਖ ਜਿਹੜਾ ਪੰਜਾਬ ਇਨੋਵੇਸ਼ਨ ਮਿਸ਼ਨ ਵੱਲੋਂ ਪਲੈਜ ਕੀਤਾ ਗਿਆ ਹੈ। ਸੋ ਇਹ ਜਿਹੜਾ 13.10 ਲੱਖ ਹੀ ਹੋ ਗਿਆ, 13 ਕਰੋੜ 10 ਲੱਖ ਹੀ ਹੋ ਗਿਆ, ਜਿਹੜੀ ਇਹ ਰਕਮ ਹੈ ਇਹ ਸਪੈਸ਼ਲੀ ਲੋਕਾਂ ਲਈ ਹੈਗੀ ਹੈ ਜੋ ਕਿ ਆਪਣਾ ਵਧੀਆ ਬਿਜ਼ਨਸ ਆਈਡੀਆ ਇਹਨਾਂ ਕੋਲ ਲਿਜਾ ਸਕਣ। ਸੋ ਮੈਂ ਸਾਰਿਆਂ ਨੂੰ ਰਿਕੁਐਸਟ ਕਰਾਂਗੀ ਕਿ ਤੁਸੀਂ ਇਹਦੇ ਵਿੱਚ ਵੱਧ ਤੋਂ ਵੱਧ ਪਾਰਟੀਸਿਪੇਟ ਕਰੋ। ਤੁਸੀਂ ਸਾਰੇ ਜਾਣਦੇ ਹੋ ਕਿ 15 ਅਗਸਤ ਨੂੰ ਮਾਨਯੋਗ ਲੋਕਲ ਗਵਰਨਮੈਂਟ ਮਿਨਿਸਟਰ ਵੱਲੋਂ ਇਹ ਇੱਥੇ ਲਾਂਚ ਕੀਤਾ ਗਿਆ ਸੀਗਾ ਪ੍ਰੋਗਰਾਮ, ਤੇ ਇਹਦੀ ਐਂਟਰੀਜ਼ ਅਸੀਂ ਐਕਸੈਪਟ ਕਰ ਰਹੇ ਹੈਗੇ ਹਾਂ। ਅਸੀਂ 15 ਅਗਸਤ ਤੋਂ ਲੈ ਕੇ 16 ਤੱਕ, ਸੋ 1 ਮਹੀਨੇ ਲਈ ਅਸੀਂ ਐਂਟਰੀਜ਼ ਐਕਸੈਪਟ ਕਰ ਰਹੇ ਹੈਗੇ। ਅੱਜ ਅਸੀਂ ਜਿਹੜੀ ਬਾਈਕ ਰੈਲੀ ਲਾਂਚ ਕੀਤੀ ਹੈਗੀ ਹੈ ਉਹ ਵੀ ਇਸ ਚੀਜ਼ ਨੂੰ ਵੱਧ ਤੋਂ ਵੱਧ ਅਵੇਅਰਨੈਸ ਕਰਾਉਣ ਲਈ ਕੀਤੀ ਹੈ, ਤੇ ਤੁਹਾਡੇ ਸਾਰਿਆਂ ਦੇ ਮਾਧਿਅਮ ਰਾਹੀਂ ਅਸੀਂ ਲਾਸਟ ਮਾਈਲ ਤੱਕ ਜਾਣਾ ਚਾਹੁੰਦੇ ਹਾਂ। ਮਤਲਬ ਹਰੇਕ ਬੱਚੇ ਨੂੰ ਪਤਾ ਹੋਵੇ ਕਿ ਉਹ ਵੀ ਪਾਰਟੀਸਿਪੇਟ ਕਰ ਸਕਦੇ, ਜਿਹੜੀ ਪਿੰਡ ਦੇ ਵਿੱਚ ਸਾਡੀ ਔਰਤਾਂ ਹੈਗੀਆਂ, ਭੈਣਾਂ ਹੈਗੀਆਂ, ਉਹਨਾਂ ਨੂੰ ਪਤਾ ਹੋਵੇ ਕਿ ਸਾਡੇ ਕੋਲ ਵੀ ਇੱਕ ਮੌਕਾ ਹੈ। ਹੋ ਸਕਦਾ ਹੈ, ਮੈਂ ਐਗਜ਼ਾਮਪਲ ਦਿੰਦੀ ਹਾਂ ਕਿ ਕੋਈ ਅੱਜ ਕੋਈ ਆਪਣਾ ਚਾਹ ਦੀ ਦੁਕਾਨ ਚਲਾਉਂਦਾ ਹੋਵੇ, ਉਹਦੇ ਕੋਲ ਕੋਈ ਫੂਡ ਟਰੱਕ ਦਾ ਆਈਡੀਆ ਹੋਵੇ, ਇਹ ਬਹੁਤ ਵਧੀਆ ਓਪਰਚੁਨਿਟੀ ਹੈ ਕਿ ਉਹ ਪਰਸਨ ਇਹਦੇ ਵਿੱਚ ਪਾਰਟੀਸਿਪੇਟ ਕਰ ਸਕੇ, ਆਪਣਾ ਆਈਡੀਆ ਰੱਖ ਸਕੇ। ਹੋ ਸਕਦਾ ਕਿ ਸਾਡੀਆਂ ਜਿਹੜੀਆਂ ਔਰਤਾਂ ਨੇ ਉਹ ਕੋਈ ਅਚਾਰ ਮੁਰੱਬਾ ਬਣਾਉਂਦੀਆਂ ਹੋਣ,
ਬਟ ਉਹਨੂੰ ਹੋਰ ਤਰੀਕੇ ਨਾਲ ਲੈ ਕੇ ਜਾਣਾ ਚਾਹੀਦਾ ਜਾਣਾ ਚਾਹੁੰਦੀਆਂ ਹੈਗੀਆਂ, ਜਿੱਦਾਂ ਅੱਜ ਕੱਲ੍ਹ ਮਿਲਟਸ ਦਾ ਚੱਲਿਆ ਹੋਇਆ ਹੈਗਾ, ਬੈਕ ਟੂ ਦਾ ਰੂਟਸ ਦਾ ਚੱਲਿਆ ਹੋਇਆ ਹੈ ਕਿ ਜਿਹੜੀ ਸਾਡੀ ਟ੍ਰੈਡੀਸ਼ਨਸ ਹੈ ਉਹਦੇ ਹਿਸਾਬ ਨਾਲ ਕਿਸ ਤਰੀਕੇ ਨਾਲ ਨਵੇਂ ਨਵੇਂ ਪ੍ਰੋਡਕਟਸ ਆ ਰਹੇ, ਉਹਨਾਂ ਦਾ ਆਈਡੀਆ ਹੋਵੇ, ਬਟ ਉਹਨਾਂ ਨੂੰ ਇਹ ਨਹੀਂ ਪਤਾ ਕਿ ਆਪਾਂ ਕਰਨਾ ਕਿੱਦਾਂ ਹੈ। ਤੁਸੀਂ ਸਾਰੇ ਇਸ ਕੰਟੈਸਟ ਦੇ ਵਿੱਚ ਹਿੱਸਾ ਲੈ ਸਕਦੇ ਹੋ, ਤੋ ਤੁਸੀਂ ਜਿੱਤੋ ਜਾਂ ਨਾ ਜਿੱਤੋ ਤੁਸੀਂ ਜ਼ਰੂਰ ਫਿਰ ਵੀ ਵਿਜੇਤਾ ਹੋਵੋਗੇ, ਬਿਕੋਜ਼ ਤੁਸੀਂ ਕੁਛ ਸਿੱਖ ਕੇ ਜਾਓਗੇ, ਤੁਸੀਂ ਕੁਛ ਲੈ ਕੇ ਜਾਓਗੇ। ਸੋ ਇਸ ਇਹਦੇ ਵਿੱਚ ਕੋਈ ਐਂਟਰੀ ਫੀਸ ਨਹੀਂ ਹੈਗੀ, ਸਿਰਫ ਤੁਹਾਡਾ ਆਈਡੀਆ ਸਾਨੂੰ ਚਾਹੀਦਾ ਹੈਗਾ, ਜਿਹੜਾ ਤੁਹਾਡਾ ਹੀ ਹੋਊਗਾ, ਇਹ ਰਹਿੰਦਾ ਵੀ ਤੁਹਾਡਾ ਹੀ ਹੈ, ਤੇ ਜੇ ਤੁਹਾਡਾ ਆਈਡੀਆ ਕਿਸੇ ਨੂੰ ਜੱਚ ਜਾਂਦਾ ਹੈ, ਚਮਕ ਜਾਂਦਾ ਹੈ, ਤੁਹਾਨੂੰ ਉਹਦੇ ਵਿੱਚ ਆਪਣੇ ਆਈਡੀਆ ਨੂੰ ਰਿਐਲਿਟੀ ਬਣਾਉਣ ਦੇ ਵਿੱਚ ਮਦਦ ਮਿਲ ਸਕਦੀ ਹੈ। ਸੋ ਇਹਦੇ ਨਾਲ ਸਰ ਅਸੀਂ ਜਿਹੜੀ MOU ਸਾਈਨਿੰਗ ਕਰਨੀ ਉਹ ਅਸੀਂ ਕਰ ਲੈਂਦੇ ਹਾਂ ਸਰ 13 ਕਰੋੜ ਦੀ। ਮੈਂ ਇੱਕ ਵਾਰੀ ਜਿਹੜੀ ਇਨਾਮ ਦੀ ਰਕਮ ਹੈਗੀ ਹੈ ਉਹ ਵੀ ਮੈਂ ਦੱਸ ਦਿੰਦੀ ਹਾਂ। ਜਿਹੜੀ ਸਾਡੇ 5 ਸਾਡੀ ਕੈਟੇਗਰੀਜ਼ ਸੀਗੀਆਂ ਉਹਦੇ ਵਿੱਚ ਵੀ ਵਿਲ ਬੀ ਗਿਵਿੰਗ 3 ਪ੍ਰਾਈਜ਼ਸ, ਫਸਟ, ਸੈਕਿੰਡ ਐਂਡ ਥਰਡ। ਦਾ ਜਿਹੜਾ ਫਸਟ ਪ੍ਰਾਈਜ਼ ਹੈ ਉਹ 30,000 ਦਾ, ਫਸਟ ਪ੍ਰਾਈਜ਼ ਹਰੇਕ ਕੈਟੇਗਰੀ ਦੇ ਵਿੱਚ 30,000 ਦਾ ਹੈਗਾ, ਸੈਕਿੰਡ ਪ੍ਰਾਈਜ਼ ਹਰੇਕ ਕੈਟੇਗਰੀ ਦੇ ਵਿੱਚ 20,000 ਹੈਗਾ, ਤੇ ਥਰਡ ਪ੍ਰਾਈਜ਼ ਜਿਹੜਾ ਹੈਗਾ ਉਹ ਹਰੇਕ ਕੈਟੇਗਰੀ ਦੇ ਵਿੱਚ 10,000 ਦਾ ਹੈਗਾ। ਇਸ ਤੋਂ ਇਲਾਵਾ ਦੇਰ ਇਜ਼ ਆਲਸੋ ਐਨ ਆਡੀਅੰਸ ਪ੍ਰਾਈਜ਼, ਕਿ ਉਹਦੇ ਵਿੱਚ ਰਕਮ ਨਹੀਂ ਹੈਗੀ, ਬਟ ਹੋ ਸਕਦਾ ਕਿ ਜਿਹੜੀ ਆਡੀਅੰਸ ਦੇਖ ਰਹੀ ਹੈ ਉਹਨਾਂ ਨੂੰ ਕੋਈ ਆਈਡੀਆ ਬਹੁਤ ਵਧੀਆ ਪਸੰਦ ਆ ਗਿਆ, ਤਾਂ ਆਡੀਅੰਸ ਪੋਪੂਲੈਰਿਟੀ ਦੇ ਵਿੱਚ ਜੋ ਵੀ ਪ੍ਰਾਈਜ਼ ਵਿਜੇਤਾ ਉਹ ਵੀ ਇੱਕ ਪ੍ਰਾਈਜ਼ ਅਸੀਂ ਰੱਖਿਆ ਹੋਇਆ ਹੈਗਾ। ਬਟ ਅਗੇਨ ਮੈਂ ਪ੍ਰਾਈਜ਼ ਤੇ ਇਤਨਾ ਨਹੀਂ ਫੋਕਸ ਕਰ ਰਹੀ, ਬਿਕੋਜ਼ ਮੈਂ ਕਹਿ ਰਹੀ ਹਾਂ ਕਿ ਤੁਹਾਡੇ ਕੋਲ ਉਹ ਆਈਡੀਆ ਜਿਹੜੀ ਕਿ ਸਾਡੀ ਵੀ ਦੁਨੀਆ ਬਦਲ ਸਕਦਾ, ਤੁਹਾਡੀ ਵੀ ਦੁਨੀਆ ਬਦਲ ਸਕਦਾ। ਅਸੀਂ ਉਹ ਆਈਡੀਆ ਸੁਣਨਾ ਚਾਹੁੰਦੇ ਹਾਂ, ਤੁਹਾਡੇ ਤੋਂ ਹੀ ਦੇਖਣਾ ਚਾਹੁੰਦੇ ਹਾਂ ਕਿ ਅਸੀਂ ਲੁਧਿਆਣਾ ਨੂੰ, ਸਟੇਟ ਨੂੰ, ਕੰਟਰੀ ਨੂੰ, ਵਰਲਡ ਨੂੰ। ਜੀ, ਸੋ ਸਾਡਾ ਲਾਂਚ ਜਿਹੜਾ ਹੈ ਉਹ 15 ਅਗਸਤ ਨੂੰ ਹੋਇਆ ਸੀਗਾ, ਤੇ ਇੱਕ ਮਹੀਨਾ ਸਾਡੇ ਕੋਲ ਹੈ 15 ਅਗਸਤ ਤੋਂ ਲੈ ਕੇ 16 ਸਪਤੰਬਰ ਤੱਕ। ਅਸੀਂ ਹੁਣ ਹਰੇਕ ਕਾਲਜ ਦੇ ਵਿੱਚ, ਹਰੇਕ ਪਿੰਡ ਦੇ ਵਿੱਚ, ਹਰੇਕ ਸ਼ਹਿਰ ਦੇ ਵਿੱਚ ਲੈ ਕੇ ਜਾ ਰਹੇ ਹਾਂ, ਤੁਹਾਡੇ ਰਾਹੀਂ ਵੀ ਅਸੀਂ ਇਹ ਮੈਸੇਜ ਲੈ ਕੇ ਜਾ ਰਹੇ ਹਾਂ ਕਿ ਇਹ ਰਜਿਸਟ੍ਰੇਸ਼ਨ ਹੋ ਸਕਦੀ ਹੈਗੀ ਹੈ। ਇਹਦੇ ਲਈ ਅਸੀਂ ਇੱਕ ਖਾਸ ਪੋਰਟਲ ਬਣਾ ਰੱਖਿਆ ਹੈਗਾ ਹੈ, ਤੇ ਪੋਰਟਲ ਤੋਂ ਇਲਾਵਾ ਜਿਹੜੇ ਕੋਈ ਪਰਸਨ ਨੂੰ ਪੋਰਟਲ ਯੂਜ਼ ਕਰਨ 'ਚ ਦਿੱਕਤ ਹੈਗੀ, ਅਸੀਂ ਸਪੈਸ਼ਲੀ ਇੱਕ ਹੈਲਪਲਾਈਨ ਨੰਬਰ ਜਿਹੜਾ ਹੈਗਾ ਉਹ ਅਸੀਂ ਲਾਂਚ ਕੀਤਾ ਹੋਇਆ ਹੈ, 9646470777। ਇਹ ਅਸੀਂ ਸਰਕੂਲੇਟ ਕਰ ਦਾਂਗੇ ਪ੍ਰੈਸ ਨੋਟ ਦੇ ਵਿੱਚ ਵੀ, ਤੇ ਇਹਦਾ ਅਸੀਂ QR ਕੋਡਸ ਵੀ ਜਿਹੜੇ ਨੇ ਜਿਹਦੇ ਨਾਲ ਤੁਸੀਂ ਮੋਬਾਈਲ ਨਾਲ ਸਕੈਨ ਕਰਕੇ ਤੁਸੀਂ ਲੌਗਇਨ ਜਾਂ ਆਪਣਾ ਕਰ ਸਕਦੇ ਹੋ ਰਜਿਸਟ੍ਰੇਸ਼ਨ, ਉਹ ਵੀ ਅਸੀਂ ਥਾਂ ਥਾਂ ਤੇ ਡਿਸਪਲੇ ਕਰ ਰਹੇ ਹੈਗੇ ਹੈ। ਇਹ ਸਾਡੀ ਜਿਹੜੀ ਜ਼ਿਲ੍ਹੇ ਦੀ ਵੈਬਸਾਈਟ ਹੈ ਉਹਦੇ ਵਿੱਚ ਵੀ ਲਿੰਕ ਹੈਗੀ ਹੈ, ਤੇ futuretycoons.in www.futuretycoons.in ਦੇ ਵਿੱਚ ਵੀ ਤੁਸੀਂ ਜਾ ਕੇ ਆਪਣਾ ਰਜਿਸਟ੍ਰੇਸ਼ਨ ਕਰਾ ਸਕਦੇ ਹੋ। ਜੇ ਕੋਈ ਦਿੱਕਤ ਆਉਂਦੀ ਹੈ ਤੁਸੀਂ ਇਸ ਮੋਬਾਈਲ ਨੰਬਰ ਤੇ ਫੋਨ ਕਰ ਸਕਦੇ ਹੋ, ਅਸੀਂ ਤੁਹਾਨੂੰ ਪੂਰੀ ਮਦਦ ਕਰਾਂਗੇ ਤੇ ਤੁਹਾਨੂੰ ਹੈਲਪ ਕਰਾਂਗੇ ਕਿ ਕਿਸ ਤਰੀਕੇ ਨਾਲ ਰਜਿਸਟ੍ਰੇਸ਼ਨ ਹੋਣੀ ਹੈ। ਸੋ ਤੁਹਾਡੇ ਕੋਲ ਪ੍ਰੋਪਰ ਹੈਂਡ ਹੋਲਡਿੰਗ ਹੋਵੇਗੀ ਸਟਾਰਟ ਤੋਂ ਲੈ ਕੇ ਫਿਨਿਸ਼ ਤੱਕ, ਤੇ ਪ੍ਰੀ ਸਕਰੀਨਿੰਗ ਜਿਹੜੀ ਐਪਲੀਕੇਸ਼ਨ ਸੀ ਜਿਹੜੀ ਮੈਂ ਕਹੀ ਸੀ ਕਿ ਸਾਰਿਆਂ ਨੂੰ ਇੱਕ ਵਾਰੀ ਮੌਕਾ ਮਿਲੇਗਾ, ਉਹ ਸਾਡਾ 24 ਸਪਤੰਬਰ ਤੱਕ ਹੋ ਜਾਣਾ ਹੈਗਾ ਪ੍ਰੋਸੀਜਰ। ਉਸ ਤੋਂ ਪਹਿਲਾਂ ਅਸੀਂ 2 ਦਿਨ ਦੀ ਇੱਕ ਬਿਜ਼ਨਸ ਕੌਨਕਲੇਵ ਸਬਮਿਟ ਕਰਾਂਗੇ, ਐਂਡ ਉਸ ਤੋਂ ਬਾਅਦ ਜਿਹੜਾ ਬੂਟ ਕੈਂਪ ਹੈਗਾ ਹੈ ਉਹ 1-2 ਦਿਨ ਦਾ ਹੋਵੇਗਾ ਬੂਟ ਕੈਂਪ ਇਵੈਂਟ, ਜਿਹਦੇ ਵਿੱਚ ਅਸੀਂ ਗਾਈਡੈਂਸ ਵੀ ਦੇਵਾਂਗੇ, ਮੈਂਟਰਸ਼ਿਪ ਕਰਾਵਾਂਗੇ, ਵੱਖ ਵੱਖ ਇੰਡਸਟਰੀਜ਼ ਨਾਲ ਹੈਂਡ ਹੋਲਡਿੰਗ ਕਰਾਵਾਂਗੇ। ਫਿਰ ਜਿਹੜੇ ਕੈਂਡੀਡੇਟ ਸ਼ਾਰਟਲਿਸਟ ਹੁੰਦੇ ਹੈ, ਸ਼ਾਰਟਲਿਸਟਡ ਕੈਂਡੀਡੇਟਸ ਦੀ PPT ਹੋਵੇਗੀ 1 ਅਕਟੋਬਰ ਨੂੰ, 1 ਅਕਟੋਬਰ ਨੂੰ, ਤੇ ਜਿਹੜੀ ਫਿਨਾਲੇ ਆਪਾਂ ਕਹਿ ਸਕਦੇ ਹਾਂ ਉਹ ਸਾਡਾ 4 ਅਕਟੂਬਰ ਨੂੰ ਤੈਅ ਹੈਗਾ ਕਿ 4 ਅਕਟੂਬਰ ਨੂੰ ਅਸੀਂ ਫਿਨਾਲੇ ਕਰਕੇ ਜਿਹੜੇ ਰਿਜ਼ਲਟਸ ਹੈਗੇ ਉਹ ਸਾਰਿਆਂ ਦੇ ਸਾਹਮਣੇ ਹੋਣਗੇ। ਬਟ ਆਪਣਾ ਪ੍ਰੋਗਰਾਮ ਉੱਥੇ ਖਤਮ ਨਹੀਂ ਹੁੰਦਾ, ਜਿੱਦਾਂ ਦੱਸਿਆ ਗਿਆ ਸੀਗਾ
ਕਿ ਉਸ ਤੋਂ ਬਾਅਦ 5 ਦਿਨ ਦੀ ਇੱਕ ਮੈਂਟਰਸ਼ਿਪ ਤੇ ਹੈਂਡ ਹੋਲਡਿੰਗ ਵਰਕਸ਼ਾਪ ਹੋਏਗੀ 7 ਤੋਂ ਲੈ ਕੇ 11 ਅਕਤੂਬਰ ਨੂੰ, ਤੇ ਇੱਕ ਫਿਨਾਲੇ ਸਾਡਾ ਫਾਈਨਲ ਜਿਹੜਾ ਆਪਾਂ ਕਹਿ ਸਕਦੇ ਹਾਂ ਆਡੀਅੰਸ ਪੋਲ ਸਾਰਾ ਕੁਝ ਮਿਲਾ ਕੇ ਸਾਡਾ 15 ਅਕਤੂਬਰ ਨੂੰ ਹੋਵੇਗਾ। ਐਂਡ ਇੱਕ ਉਸ ਤੋਂ ਬਾਅਦ ਵੀ ਜਿੱਦਾਂ ਮੈਂ ਕਿਹਾ ਸੀਗਾ ਕਿ ਪ੍ਰੋਗਰਾਮ ਸਾਡਾ ਫਿਨਿਸ਼ ਨਹੀਂ ਹੁੰਦਾ, ਸਾਡਾ ਇੱਕ ਸਟਾਰਟਅਪ ਨੈਟਵਰਕਿੰਗ ਜਿਹੜਾ ਹੈ ਉਹ ਬਣ ਜਾਏਗਾ ਲੁਧਿਆਣਾ ਦਾ, ਐਂਡ ਉਹ ਕੰਟੀਨਿਊਸ ਚੱਲੇਗਾ ਲਾਈਫ ਟਾਈਮ ਲਈ। ਸੋ ਤੁਹਾਡਾ ਇਹਦੇ ਵਿੱਚ ਕੋਈ ਐਂਟਰੀ ਫੀਸ ਕੁਛ ਵੀ ਨਹੀਂ ਲੱਗ ਰਿਹਾ, ਤੁਹਾਡਾ ਸਿਰਫ ਜੋ ਤੁਹਾਡਾ ਮਾਈਂਡ ਹੈ, ਤੁਹਾਡੀ ਬ੍ਰਿਲੀਅੰਸ ਹੈ, ਤੁਹਾਡਾ ਟੈਲੈਂਟ ਹੈ, ਉਹ ਤੁਸੀਂ ਸਾਹਮਣੇ ਲੈ ਕੇ ਆਉਣਾ ਹੈ। ਜਾਂ ਇੱਕ ਵਾਰੀ ਬਸ ਸਾਨੂੰ ਜ਼ਿਕਰ ਹੀ ਕਰਨਾ ਹੈ ਤੇ ਅਸੀਂ ਉਸ ਚੀਜ਼ ਨੂੰ ਤੁਹਾਨੂੰ ਆਪ ਹੈਲਪ ਕਰਾਂਗੇ ਕਿ ਕਿਸ ਤਰੀਕੇ ਨਾਲ ਤੁਸੀਂ ਉਸ ਚੀਜ਼ ਨੂੰ ਅੱਗੇ ਲੈ ਕੇ ਆ ਸਕਦੇ ਹੋ। ਤੇ ਤੁਸੀਂ ਹਾਰੋਗੇ ਕੁਛ ਵੀ ਨਹੀਂ, ਤੁਸੀਂ ਸਾਰਾ ਤੁਸੀਂ ਸਾਰੇ ਜਿੱਤ ਕੇ ਜਾਓ। ਜਿਹੜਾ ਰਜਿਸਟ੍ਰੇਸ਼ਨ ਦਾ ਪ੍ਰੋਸੈਸ ਹੈ ਉਹ 1 ਮਹੀਨੇ ਦਾ ਹੈ, ਅਪ ਟੂ 16 ਸਪਟੈਂਬਰ। ਓਨਲੀ ਨੋ, ਦੇਰ ਇਜ਼ ਨੋ ਏਜ ਲਿਮਿਟ, ਓਨਲੀ ਜਿਹੜਾ ਆਪਣਾ ਸਟੂਡੈਂਟਸ ਕੈਟੇਗਰੀ ਆ, ਯੰਗ ਐਂਟਰਪ੍ਰੀਨਰਸ ਦੀ ਕੈਟੇਗਰੀ ਹੈ, ਉਹਦੇ ਵਿੱਚ ਜਿਹੜੀ ਅਸੀਂ ਏਜ ਲਿਮਿਟ ਰੱਖੀ ਹੋਈ ਹੈ 16। ਜੇ ਦੇਖਿਆ ਜਾਏ ਤਾਂ ਕੰਟਰੀ ਦੇ ਵਿੱਚ 99,000 ਦੇ ਕਰੀਬ ਸਟਾਰਟਅਪ ਹੈ ਔਰ 100 ਯੂਨੀਕੋਰਨ ਹੈ, ਔਰ ਇੰਡੀਆ ਪੰਜਾਬ ਦੇ ਵਿੱਚ ਸਾਡਾ ਇਕੋਸਿਸਟਮ ਇੰਨਾ ਸਟਰੋਂਗ ਨਹੀਂ ਸੀ। ਇਸ ਉਪਰਾਲੇ ਨਾਲ ਜਿਹੜਾ ਬਹੁਤ ਵਧੀਆ ਉਪਰਾਲਾ, ਔਰ ਇਹ ਲੋਕਲ ਗਵਰਨਮੈਂਟ ਔਰ ਸਰਕਾਰ ਪੂਰਾ ਇਹਦੇ ਲਈ ਜ਼ੋਰ ਲਾ ਰਹੀ ਹੈ, ਔਰ ਮੈਨੂੰ ਉਮੀਦ ਹੈ ਇਹ ਪੂਰਾ ਕਾਮਯਾਬ ਹੋਏਗਾ। ਔਰ ਚੈਂਬਰ ਵੱਲੋਂ ਅਸੀਂ ਇੱਕ ਤਾਂ ਸੀਡ ਫੰਡ ਅਸ਼ੋਰ ਕੀਤਾ ਵੀ ਜਿਹੜਾ ਵੀ ਬੱਚਾ ਕੋਈ ਅੱਛੀ ਪ੍ਰਪੋਜ਼ਲ ਪ੍ਰੋਫਿਟੇਬਲ ਪ੍ਰਪੋਜ਼ਲ ਆਏਗਾ ਅਸੀਂ ਲਿਖਕਰ ਕਰਾ ਕੇ ਦੇਵਾਂਗੇ, ਜਿੱਦਾਂ ਮੈਡਮ ਨੇ ਦੱਸਿਆ ਸ਼ਾਰਕ ਟੈਂਕ ਹੈ। ਇਸ ਤੋਂ ਇਲਾਵਾ ਉਹਦੀ ਹੈਂਡ ਹੋਲਡਿੰਗ ਹੈ, ਉਹਨੇ ਕੰਪਨੀ ਕਿਵੇਂ ਫਾਰਮ ਕਰਨੀ ਹੈ, ਉਹਨੇ ਟ੍ਰੇਡਮਾਰਕ ਕਿਵੇਂ ਰਜਿਸਟਰ ਕਰਾਉਣਾ ਹੈ, ਉਹਨੇ ਆਪਣਾ ਜਿਹੜਾ ਇੰਟਲੈਕਚੁਅਲ ਪ੍ਰੋਪਰਟੀ ਰਾਈਟ ਹੈ ਉਹਨੂੰ ਕਿਵੇਂ ਪ੍ਰੋਟੈਕਟ ਕਰਨਾ ਹੈ, ਜਾਂ ਕੋਈ ਐਕਸਪਰਟ ਹੈ ਜਿੱਦਾਂ ਕਿ ਸਾਡੇ ਡੈਸਲੇ 40-50 ਸਾਲ 30-30 ਸਾਲ ਐਕਸਪੀਰੀਅੰਸ ਵਾਲੇ ਡੈਸਲੇ ਯੰਗਸਟਰ ਵੀ ਹੈ ਸਾਡੇ ਕੋਲ, ਉਹ ਉਹਨਾਂ ਨੂੰ ਇਹ ਦੱਸਣਗੇ ਵੀ ਤੁਸੀਂ ਆਪਣਾ ਬਿਜ਼ਨਸ ਕਿਵੇਂ ਚਲਾ ਸਕਦੇ ਹੋ। ਸੋ ਇਹਦੇ 'ਚ ਜਿੱਦਾਂ ਸਸਟੇਨੇਬਿਲਟੀ ਇੱਕ ਬੜਾ ਅੱਜ ਦਾ ਚੈਲੰਜ ਹੈ, ਔਰ ਕਾਫੀ ਮੈਨੂੰ ਲੱਗਦਾ ਜੇ ਕੋਈ ਬੱਚੇ ਇੱਦਾਂ ਦੇ ਕੋਈ ਪ੍ਰਪੋਜ਼ਲ ਲੈ ਕੇ ਆਉਣਗੇ ਤਾਂ ਇਹਦੇ ਨਾਲ ਇੰਡਸਟਰੀ ਨੂੰ ਬੈਨੀਫਿਟ ਹੋਏਗਾ, ਸਾਰੀ ਸੋਸਾਇਟੀ ਨੂੰ ਬੈਨੀਫਿਟ ਹੋਏਗਾ, ਔਰ ਜਿਹੜਾ ਸਾਡਾ ਸਪਨਾ ਹੈ ਪੰਜਾਬ ਨੂੰ ਅਗਲਾ ਪੰਜਾਬ ਬਣਾਉਣ ਦਾ ਉਹਦੇ ਲਈ ਇਹ ਬੜਾ ਇੰਪੋਰਟੈਂਟ ਕਦਮ। ਥੈਂਕ ਯੂ। ਜਿਨ੍ਹਾਂ ਨੇ ਬੜੇ ਸ਼ੋਰਟ ਟਾਈਮ ਦੇ ਵਿੱਚ ਸਾਡੇ ਮਾਨਯੋਗ ਡੀ ਸੀ ਸਾਹਿਬ ਔਰ ਸਾਡੇ ਮਾਨਯੋਗ ਸੂਬੇ ਦੇ ਹਰਮਨ ਪਿਆਰੇ ਮੁੱਖ ਮੰਤਰੀ ਸਰ ਭਗਵੰਤ ਸਿੰਘ ਜੀ ਮਾਨ, ਜਿਨ੍ਹਾਂ ਦੀ ਸੋਚ ਸਦਕਾ, ਕਿਉਂਕਿ ਉਹਨਾਂ ਦੀ ਸੋਚ ਸੀ ਪੰਜਾਬ ਨੂੰ ਰੰਗਲਾ ਪੰਜਾਬ ਬਣਾਉਣਾ, ਔਰ ਖਾਸ ਤੌਰ 'ਤੇ ਜਿਸ ਤਰ੍ਹਾਂ ਪੰਜਾਬ ਨੇ 2-2.5 ਸਾਲ ਦੇ ਟਾਈਮ ਦੇ ਵਿੱਚ 43,000 ਨੌਕਰੀਆਂ ਪੰਜਾਬ ਨੂੰ ਦਿੱਤੀਆਂ ਨੇ, ਬਹੁਤ ਵੱਡਾ ਕਦਮ ਹੈ। ਕਿਉਂਕਿ ਪਿਛਲੀਆਂ ਰਵਾਇਤੀ ਪਾਰਟੀਆਂ ਕਾਫੀ ਸਾਲਾਂ ਤੋਂ ਸਰਕਾਰਾਂ ਚਲਾ ਕੇ ਚਲੇ ਗਏ ਔਰ ਕਿਤੇ ਨਾ ਕਿਤੇ ਵਾਧੇ ਹੁੰਦੇ ਰਹੇ, ਪਰ ਸਾਡੀ ਸਰਕਾਰ ਨੇ, ਤੁਹਾਡੀ ਲੋਕਾਂ ਦੀ ਬਣਾਈ ਸਰਕਾਰ ਨੇ ਔਰ ਤੁਹਾਡੇ ਸਹਿਯੋਗ ਦੇ ਨਾਲ ਸਰਕਾਰ ਨੇ 2-2.5 ਸਾਲ ਦੇ ਅਰਸੇ ਦੇ ਵਿੱਚ ਸਾਡੇ 43,000 ਨੌਕਰੀਆਂ ਦਿੱਤੀਆਂ, ਇੱਥੇ ਬਸ ਨਹੀਂ। ਔਰ ਥੈਂਕਸ ਹੈ ਮੈਡਮ ਰਿਸ਼ੀ ਦਾ, ਜਿਨ੍ਹਾਂ ਨੇ ਇੱਕ ਬਹੁਤ ਵਧੀਆ ਉਪਰਾਲਾ ਕਰਕੇ, ਉਹ ਸਾਡੇ ਹੁਜਾ ਸਾਹਿਬ ਜਿਹੜੇ ਇੰਡਸਟਰੀ ਨੂੰ ਇੱਥੇ ਰਨ ਕਰਦੇ ਨੇ, ਔਰ ਇਹਨਾਂ ਨੇ ਕਾਫੀ ਸਾਲਾਂ ਤੋਂ ਪਿਛਲੀ ਸਰਕਾਰਾਂ 'ਚ ਵੀ ਬਹੁਤ ਕੰਮ ਕੀਤਾ, ਮੇਰੇ ਨਾਲ ਵੀ ਕਾਫੀ ਇੰਡਸਟਰੀ ਵਿੱਚ ਇਹਨਾਂ ਨੇ ਕੰਮ ਕੀਤਾ, ਪਰ ਅੱਜ ਕਿਤੇ ਨਾ ਕਿਤੇ ਇਹਨਾਂ ਦੇ ਯੋਗਦਾਨ ਦੇ ਨਾਲ ਤਕਰੀਬਨ ਅਸੀਂ ਉਹ ਦਿਮਾਗ ਜਿਹੜੇ ਜਿਹਨਾਂ ਕੋਲ ਹੁਨਰ ਹੈ, ਜਿਸ ਤਰ੍ਹਾਂ ਮੈਡਮ ਨੇ ਦੱਸਿਆ ਕਿ ਕੋਈ ਚਾਹ ਬਣਾਉਣ ਵਾਲਾ ਵੀ ਇਹੋ ਜਿਹੇ ਇਸ ਕੰਮ 'ਚ ਪਾਰਟੀਸਪੇਟ ਕਰ ਸਕਦਾ, ਜਿਹਦੇ ਕੋਲ ਵਧੀਆ ਕੋਈ ਆਈਡੀਆਜ਼ ਹੋਣ, ਵਧੀਆ ਕੋਈ ਇਹੋ ਜਿਹਾ ਸਿਸਟਮ ਹੋਵੇ ਜਿਹੜਾ ਆਪਣੇ ਆਪ ਦੇ ਹੁਨਰ ਨੂੰ ਲਿਆ ਕੇ ਸਾਨੂੰ ਦਿਖਾ ਸਕੇ, ਅਤੇ ਉਸ ਪਿਕਚਰ ਦੇ ਵਿੱਚ ਉਹ ਵੀ ਆ ਸਕਦਾ। ਪਰ ਕਿਤੇ ਨਾ ਕਿਤੇ ਪੰਜਾਬ ਦੇ ਬੱਚੇ ਸਾਡੇ ਬੜੇ ਫਾਸਟ ਨੇ, ਕਿਉਂਕਿ ਅੱਜ ਤੁਸੀਂ ਨਿਗਾਹ ਮਾਰੋ ਪਿਛਲੇ ਸਾਲਾਂ ਤੋਂ, ਕਾਫੀ ਸਾਲਾਂ ਤੱਕ ਸਾਡੇ ਪੰਜਾਬ ਦੇ ਬੱਚੇ ਬਾਹਰਲੀਆਂ ਕੰਟਰੀਆਂ ਜਾ ਰਹੇ ਸੀਗੇ ਬਹੁਤ ਸਪੀਡ ਦੇ ਨਾਲ, ਕਿਉਂਕਿ ਸਾਨੂੰ ਲੋੜ ਹੈ ਪੰਜਾਬ ਦੇ, ਕਿਉਂਕਿ ਜਿਹੜਾ ਬੱਚਾ ਬਾਹਰ ਜਾਂਦਾ ਉਹ ਘੱਟ ਤੋਂ ਘੱਟ 7 ਬੈਂਡ, 8 ਬੈਂਡ, 6 ਬੈਂਡ ਤੋਂ ਉੱਪਰ ਲੈ ਕੇ ਜਾਂਦਾ, ਉਹ ਅੱਛਾ ਦਿਮਾਗ ਹੁੰਦਾ।
ਉਹ ਬਾਹਰਲੀਆਂ ਕੰਟਰੀਆਂ ਯੂਜ਼ ਕਰਦੀਆਂ, ਪਰ ਕਿਤੇ ਨਾ ਕਿਤੇ ਸਾਡੇ ਅੱਜ ਜੋ ਉਪਰਾਲਾ ਸਰ ਭਗਵੰਤ ਸਿੰਘ ਮਾਨ ਜੀ ਸਾਡੇ ਮੁੱਖ ਮੰਤਰੀ ਸਾਹਿਬ ਦਾ ਔਰ ਸਾਡੇ ਜ਼ਿਲ੍ਹੇ ਦੇ ਡੀ ਸੀ ਮੈਡਮ ਦਾ, ਕਿਉਂਕਿ ਇਹ ਉਪਰਾਲਾ ਕਰਨ ਵਾਲਾ ਹੋਣਾ ਚਾਹੀਦਾ, ਰਸਤੇ ਬਹੁਤ ਨੇ, ਪਰ ਜੋ ਇਹਨਾਂ ਨੇ ਕੰਮ ਇਹ ਅੱਜ ਕੀਤਾ ਮੈਂ ਇਹਨਾਂ ਦਾ ਬਹੁਤ ਥੈਂਕਸ ਕਰਦਾ, ਕਿਉਂਕਿ 13.5 crore ਦੀ ਅਮਾਊਂਟ ਛੋਟੀ ਨਹੀਂ ਹੈ, ਬਹੁਤ ਵੱਡੀ ਅਮਾਊਂਟ ਹੈ, ਜਿਸ ਦੇ ਨਾਲ ਸਾਡੇ ਬੱਚੇ ਅੱਗੇ ਆਉਣਗੇ ਜਾਂ ਜਿਹਨਾਂ ਕੋਲ ਟੈਲੈਂਟ ਹੈ, ਜਿਹੜੇ ਬੱਚੇ ਆਪਣੇ ਕੋਲ ਲੈ ਕੇ ਬੈਠੇ ਨੇ ਜਿਹਨਾਂ ਕੋਲ ਪਤਾ ਵੀ ਮੈਂ ਅਫੋਰਡ ਨਹੀਂ ਕਰ ਸਕਦਾ ਜਾਂ ਮੇਰੇ ਕੋਲ ਅਪਰੋਚ ਨਹੀਂ ਹੋ ਰਹੀ, ਉਹ ਈਜ਼ੀ ਅਪਰੋਚ ਹੈ, ਈਜ਼ੀ ਅਪਰੋਚ ਦੇ ਵਿੱਚ ਆ ਕੇ ਕਿਤੇ ਨਾ ਕਿਤੇ ਆਪਣੇ ਜੋ ਅੰਦਰ ਕੁਛ ਜਾਗਰਤੀ ਹੈਗੀ ਉਹ ਨਿਕਾਲੇਗਾ ਬਾਹਰ, ਉਹਨੂੰ ਸਾਨੂੰ ਪੰਜਾਬ ਨੂੰ ਫਾਇਦਾ ਹੋਏਗਾ, ਸਾਡੇ ਪੰਜਾਬ ਦੇ ਬੱਚਿਆਂ ਨੂੰ ਫਾਇਦਾ ਹੋਏਗਾ। ਮੈਂ ਤੁਹਾਡਾ ਵੀ ਥੈਂਕਸ ਕਰਦਾ, ਇੰਡਸਟਰੀ ਵੱਲੋਂ ਹੁਜਾ ਸਾਹਿਬ ਦਾ ਥੈਂਕਸ ਕਰਦਾ, ਸੀਐਮ ਸਾਹਿਬ ਦਾ ਥੈਂਕਸ ਆਈ ਹੈ, ਕਿਉਂਕਿ ਤੁਹਾਡੇ ਬਣਾਈ ਸੀਐਮ ਸਾਹਿਬ ਨੇ ਜਿਨ੍ਹਾਂ ਨੇ ਬਹੁਤ ਵਧੀਆ ਉਪਰਾਲਾ ਕਰਕੇ ਪੰਜਾਬ ਨੂੰ ਅੱਗੇ ਵਧਾਉਣ ਦੇ ਵਿੱਚ, ਕਿਉਂਕਿ ਦੂਸਰੀਆਂ ਪਾਰਟੀ ਕੋਲ ਬੋਲਣ ਦੇ ਵਾਸਤੇ ਕੁਛ ਨਹੀਂ ਹੈ, ਉਹਨਾਂ ਕੋਲ ਇੱਕੋ ਕਟਾਸ ਹੈ, ਪਰ ਅੱਜ ਪ੍ਰੈਕਟੀਕਲੀ ਜਿਸ ਤਰ੍ਹਾਂ ਇੰਡਸਟਰੀ ਵਾਲੇ ਬੈਠੇ ਨੇ ਤੁਹਾਡੇ ਕੋਲ, ਨਹੀਂ ਤਾਂ ਹਰ ਸਰਕਾਰ ਦੇ ਇੰਡਸਟਰੀ ਵਾਲੇ ਖਿਲਾਫ ਹੁੰਦੇ ਸੀ, ਸਾਲ ਡੇਢ ਸਾਲ ਬਾਅਦ ਖਿਲਾਫ ਹੋ ਜਾਂਦੇ ਸੀ, ਪਰ ਅੱਜ ਤੁਹਾਡੇ ਵਿੱਚ ਮੌਜੂਦ ਬੈਠੇ ਨੇ, ਅੱਜ ਤੁਹਾਡੀ ਤੁਸੀਂ ਦੇਖਦੇ ਹੋ ਕਿਤੇ ਵੀ ਕੋਈ ਇੰਡਸਟਰੀ ਵਪਾਰ ਦੇ ਵੱਲੋਂ ਕੋਈ ਪ੍ਰੋਟੈਸਟ ਨਹੀਂ ਹੁੰਦਾ, ਕਿਉਂ ਕਿ ਅੱਜ ਸਾਰੇ ਹੀ ਰੁਜ਼ਗਾਰ ਵਾਲੇ ਜਿੰਨੇ ਬਿਜ਼ਨਸਮੈਨ ਨੇ ਜਿਹਨੇ ਇੰਡਸਟਰੀ ਵਾਲੇ ਸਾਰੇ ਖੁਸ਼ ਨੇ ਸਰਕਾਰ ਤੋਂ, ਅੱਜ ਸਰਕਾਰ ਵੱਲੋਂ ਮੈਂ ਤੁਹਾਡਾ ਵੀ ਧੰਨਵਾਦ ਹੈ ਔਰ ਮੈਡਮ ਡੀ ਸੀ ਦਾ ਜਿਹਨਾਂ ਨੇ ਬੜਾ ਉਪਰਾਲਾ ਕਰਕੇ ਇਸ ਚੀਜ਼ ਨੂੰ ਲੈ ਕੇ ਆਏ ਨੇ, ਇਹਦੇ ਨਾਲ ਸਾਨੂੰ ਸਾਰਿਆਂ ਨੂੰ ਮੈਲੇਜ ਮਿਲੇਗਾ ਔਰ ਸਾਡਾ ਜੋ ਟੀਚਾ ਹੈ ਸਰਕਾਰ ਦਾ ਰੰਗਲਾ ਪੰਜਾਬ, ਸੁਨਹਿਰੀ ਪੰਜਾਬ, ਬਿਜ਼ਨਸ ਨੂੰ ਅੱਗੇ ਲਿਜਾਉਣ ਵਾਲਾ ਪੰਜਾਬ, ਇੰਡਸਟਰੀ ਨੂੰ ਅੱਗੇ ਲਿਜਾਉਣ ਵਾਲਾ, ਕਿਉਂਕਿ ਕਿਸੇ ਵੇਲੇ ਕਿਹਾ ਜਾਂਦਾ ਹੁੰਦਾ ਸੀਗਾ ਕਿ ਸਾਡਾ ਹਰੀ ਕ੍ਰਾਂਤੀ ਵਾਲਾ ਪੰਜਾਬ ਹੈ, ਕਿਸਾਨੀ ਸੂਬਾ ਪੰਜਾਬ ਹੈ, ਅੱਜ ਮੈਂ ਕਹਿ ਸਕਦਾ ਕਿ ਜਿਹੜਾ ਸਾਡਾ ਸੂਬਾ ਹੈ ਹਰ ਜਿੱਥੇ ਕਿਸਾਨੀ ਹੈ ਉੱਥੇ ਇੰਡਸਟਰੀ ਬਹੁਤ ਪ੍ਰਫੁੱਲਤ ਹੈ, ਅੱਜ ਸਾਡੀ ਹੋਜਰੀ ਉਦਯੋਗ ਬਹੁਤ ਵੱਡਾ ਪ੍ਰਫੁੱਲਤ ਹੈ, ਇਸ ਕਰਕੇ ਸਾਡੇ ਪੰਜਾਬ ਨੂੰ ਅਗਾਂਹ ਲਿਜਾਣ ਦੇ ਵਿੱਚ ਜੋ ਯੋਗਦਾਨ ਪੈ ਰਿਹਾ, ਮੈਂ ਤੁਹਾਡਾ ਸਾਰਿਆਂ ਦਾ ਧੰਨਵਾਦ ਕਰਦਾ, ਥੈਂਕ ਯੂ।